ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਦਵਿੰਦਰ ਕੌਰ ਰੰਧਾਵਾ, ਮੇਰੀ ਏਜ 56 ਈਅਰ, ਅਤੇ ਮੈਂ ਗੋਡਿਆਂ ਤੋਂ ਬਹੁਤ ਪਰੇਸ਼ਾਨ ਸੀ 3-4 ਸਾਲ ਤੋਂ, ਅਤੇ ਮੈਂ ਬੜੇ ਡਾਕਟਰਸ ਨੂੰ ਦਿਖਾਇਆ, ਇੱਥੇ ਵੀ ਦਿਖਾਇਆ ਸੁਭਾਨਪੁਰ, ਕਈ ਡਾਕਟਰਸ ਨੂੰ ਦਿਖਾਇਆ, ਬਟ ਮੈਨੂੰ ਕੋਈ ਆਰਾਮ ਨਹੀਂ ਮਿਲਿਆ। ਔਰ ਬਾਅਦ ਵਿੱਚ ਮੈਂ ਡਾਕਟਰ ਅਵਤਾਰ ਉਹਨਾਂ ਨੂੰ ਦਿਖਾਇਆ ਅਮਨਦੀਪ ਹੋਸਪਿਟਲ, ਅਤੇ ਮੈਂ ਡਿਸਾਈਡ ਕੀਤਾ ਕਿ ਮੈਨੂੰ ਬਹੁਤ ਅੱਛਾ ਲੱਗਾ। ਉਹਨਾਂ ਨੇ ਮੈਨੂੰ ਰਿਬੋਟਿਕ ਵਾਸਤੇ ਦੱਸਿਆ ਕਿ ਇਹਦੇ ਰਿਪਲੇਸਮੈਂਟ ਕਰਾਓਗੇ ਤਾਂ ਬਹੁਤ ਵਧੀਆ, ਇਹਦੇ 'ਚ ਨਾ ਤੁਹਾਡਾ ਬਲੱਡ ਲੋਸ ਹੋਏਗਾ। ਅਤੇ ਮੈਂ ਉਹ ਓਪਰੇਸ਼ਨ ਕਰਾਇਆ, 6 ਮਹੀਨੇ 'ਚ ਮੈਂ 2 ਗੋਡਿਆਂ ਦਾ ਕਰਾਇਆ, ਅਤੇ ਮੈਂ ਬਹੁਤ ਵਧੀਆ ਚੱਲ ਰਹੀ ਹਾਂ, ਸਾਈਕਲਿੰਗ ਵੀ ਕਰਦੀ ਹਾਂ, ਸੀੜੀਆਂ ਵੀ ਚੜ੍ਹ ਉੱਤਰ, ਸਰ ਮੈਂ ਆਪਣੇ ਕਿਚਨ ਦਾ ਵੀ ਸਾਰਾ ਕੰਮ ਕਰ ਲੈਂਦੀ ਹਾਂ, ਮੈਨੂੰ ਕੋਈ ਪ੍ਰੋਬਲਮ ਨਹੀਂ ਆ ਰਹੀ, ਗੁਰਦੁਆਰੇ ਵੀ ਮੈਂ ਜਾ ਸਕਦੀ ਹਾਂ, ਅਤੇ ਮੈਂ ਬੜਾ ਅੱਛੀ ਤਰ੍ਹਾਂ ਆਪਣਾ ਕੰਮ ਕਰਦੀ ਹਾਂ। ਅਤੇ ਮੈਂ ਡਾਕਟਰ ਅਵਤਾਰ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਉਹਨਾਂ ਨੇ ਦੁਬਾਰਾ ਨਈ ਜ਼ਿੰਦਗੀ ਇੱਕ ਹਿਸਾਬ ਨਾਲ ਦਿੱਤੀ ਹੈ। ਮੈਂ ਬਿਲਕੁਲ ਵੀ ਖੜ੍ਹੀ ਨਹੀਂ ਸੀ ਹੋ ਸਕਦੀ, ਹਾਈਟ ਵੀ ਲੋਸ ਘੱਟ ਹੋ ਗਈ ਸੀ, ਹੁਣ ਮੈਂ ਬਹੁਤ ਵਧੀਆ ਔਰ ਬਹੁਤ ਖੁਸ਼ ਹੈਗੀ ਹਾਂ। ਥੈਂਕ ਯੂ।